ਕਮਿਸ਼ਨਰੇਟ ਵਿੱਚ ਜਿਹੜਾ ਸਪੈਸ਼ਲ ਆਪਰੇਸ਼ਨ ਗਰੁੱਪ ਹੈ ਉਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਸਕਸੈਸਫੁਲੀ ਇੱਕ ਆਪਰੇਸ਼ਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਵਿਮਲ ਕੁਮਾਰ ਏਲੀਅਸ ਸੋਨੀ ਜਿਹੜਾ ਗੁਰਦੇਵ ਨਗਰ ਦਾ ਰਹਿਣ ਵਾਲਾ ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਐਕਟਿਵਾ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕੋਲ 4500 ਜਿਹੜੀ ਟਰਾਮਾਡੋਲ ਦੀ ਜਿਹੜੀ ਗੋਲੀ ਉਹ ਰਿਕਵਰ ਕੀਤੀ ਉਸ 'ਤੇ ਜਿਹੜਾ FIR ਜਿਹੜਾ ਲੌਂਚ ਕਰਕੇ ਜਿਹੜਾ ਅਤੇ ਹੁਣ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿਹੜਾ ਬੈਕਵਰਡ ਅਤੇ ਜਿਹੜਾ ਫਾਰਵਰਡ ਲਿੰਕੇਜ ਹੈ ਉੱਤੇ ਵਰਕਆਊਟ ਕੀਤਾ ਜਾ ਰਿਹਾ ਜਲਦੀ ਹੀ ਇਹਦੇ ਵਿੱਚ ਜਿਹੜੀਆਂ ਹੋਰ ਜਿਹੜੀ ਰਿਕਵਰੀ ਹੋਣ ਦੀ ਆਸ ਹੈ ਕਮਿਸ਼ਨਰੇਟ ਵਿੱਚ ਜਿਹੜਾ ਸਪੈਸ਼ਲ ਆਪਰੇਸ਼ਨ ਗਰੁੱਪ ਹੈ ਉਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਸਕਸੈਸਫੁਲੀ ਇੱਕ ਆਪਰੇਸ਼ਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਵਿਮਲ ਕੁਮਾਰ ਏਲੀਅਸ ਸੋਨੀ ਜਿਹੜਾ ਗੁਰਦੇਵ ਨਗਰ ਦਾ ਰਹਿਣ ਵਾਲਾ ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਐਕਟਿਵਾ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕੋਲ 4500 ਜਿਹੜੀ ਟਰਾਮਾਡੋਲ ਦੀ ਜਿਹੜੀ ਗੋਲੀ ਉਹ ਰਿਕਵਰ ਕੀਤੀ ਉਸ 'ਤੇ ਜਿਹੜਾ FIR ਜਿਹੜਾ ਲੌਂਚ ਕਰਕੇ ਜਿਹੜਾ ਅਤੇ ਹੁਣ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿਹੜਾ ਬੈਕਵਰਡ ਅਤੇ ਜਿਹੜਾ ਫਾਰਵਰਡ ਲਿੰਕੇਜ ਹੈ ਉੱਤੇ ਵਰਕਆਊਟ ਕੀਤਾ ਜਾ ਰਿਹਾ ਜਲਦੀ ਹੀ ਇਹਦੇ ਵਿੱਚ ਜਿਹੜੀਆਂ ਹੋਰ ਜਿਹੜੀ ਰਿਕਵਰੀ ਹੋਣ ਦੀ ਆਸ ਹੈ ਕਮਿਸ਼ਨਰੇਟ ਵਿੱਚ ਜਿਹੜਾ ਸਪੈਸ਼ਲ ਆਪਰੇਸ਼ਨ ਗਰੁੱਪ ਹੈ ਉਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਸਕਸੈਸਫੁਲੀ ਇੱਕ ਆਪਰੇਸ਼ਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਵਿਮਲ ਕੁਮਾਰ ਏਲੀਅਸ ਸੋਨੀ ਜਿਹੜਾ ਗੁਰਦੇਵ ਨਗਰ ਦਾ ਰਹਿਣ ਵਾਲਾ ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਐਕਟਿਵਾ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕੋਲ 4500 ਜਿਹੜੀ ਟਰਾਮਾਡੋਲ ਦੀ ਜਿਹੜੀ ਗੋਲੀ ਉਹ ਰਿਕਵਰ ਕੀਤੀ ਉਸ 'ਤੇ ਜਿਹੜਾ FIR ਜਿਹੜਾ ਲੌਂਚ ਕਰਕੇ ਜਿਹੜਾ ਅਤੇ ਹੁਣ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿਹੜਾ ਬੈਕਵਰਡ ਅਤੇ ਜਿਹੜਾ ਫਾਰਵਰਡ ਲਿੰਕੇਜ ਹੈ ਉੱਤੇ ਵਰਕਆਊਟ ਕੀਤਾ ਜਾ ਰਿਹਾ ਜਲਦੀ ਹੀ ਇਹਦੇ ਵਿੱਚ ਜਿਹੜੀਆਂ ਹੋਰ ਜਿਹੜੀ ਰਿਕਵਰੀ ਹੋਣ ਦੀ ਆਸ ਹੈ ਕਮਿਸ਼ਨਰੇਟ ਵਿੱਚ ਜਿਹੜਾ ਸਪੈਸ਼ਲ ਆਪਰੇਸ਼ਨ ਗਰੁੱਪ ਹੈ ਉਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਸਕਸੈਸਫੁਲੀ ਇੱਕ ਆਪਰੇਸ਼ਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਵਿਮਲ ਕੁਮਾਰ ਏਲੀਅਸ ਸੋਨੀ ਜਿਹੜਾ ਗੁਰਦੇਵ ਨਗਰ ਦਾ ਰਹਿਣ ਵਾਲਾ ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਐਕਟਿਵਾ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕੋਲ 4500 ਜਿਹੜੀ ਟਰਾਮਾਡੋਲ ਦੀ ਜਿਹੜੀ ਗੋਲੀ ਉਹ ਰਿਕਵਰ ਕੀਤੀ ਉਸ 'ਤੇ ਜਿਹੜਾ FIR ਜਿਹੜਾ ਲੌਂਚ ਕਰਕੇ ਜਿਹੜਾ ਅਤੇ ਹੁਣ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿਹੜਾ ਬੈਕਵਰਡ ਅਤੇ ਜਿਹੜਾ ਫਾਰਵਰਡ ਲਿੰਕੇਜ ਹੈ ਉੱਤੇ ਵਰਕਆਊਟ ਕੀਤਾ ਜਾ ਰਿਹਾ ਜਲਦੀ ਹੀ ਇਹਦੇ ਵਿੱਚ ਜਿਹੜੀਆਂ ਹੋਰ ਜਿਹੜੀ ਰਿਕਵਰੀ ਹੋਣ ਦੀ ਆਸ ਹੈ ਕਮਿਸ਼ਨਰੇਟ ਵਿੱਚ ਜਿਹੜਾ ਸਪੈਸ਼ਲ ਆਪਰੇਸ਼ਨ ਗਰੁੱਪ ਹੈ ਉਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਸਕਸੈਸਫੁਲੀ ਇੱਕ ਆਪਰੇਸ਼ਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਵਿਮਲ ਕੁਮਾਰ ਏਲੀਅਸ ਸੋਨੀ ਜਿਹੜਾ ਗੁਰਦੇਵ ਨਗਰ ਦਾ ਰਹਿਣ ਵਾਲਾ ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਐਕਟਿਵਾ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕੋਲ 4500 ਜਿਹੜੀ ਟਰਾਮਾਡੋਲ ਦੀ ਜਿਹੜੀ ਗੋਲੀ ਉਹ ਰਿਕਵਰ ਕੀਤੀ ਉਸ 'ਤੇ ਜਿਹੜਾ FIR ਜਿਹੜਾ ਲੌਂਚ ਕਰਕੇ ਜਿਹੜਾ ਅਤੇ ਹੁਣ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿਹੜਾ ਬੈਕਵਰਡ ਅਤੇ ਜਿਹੜਾ ਫਾਰਵਰਡ ਲਿੰਕੇਜ ਹੈ ਉੱਤੇ ਵਰਕਆਊਟ ਕੀਤਾ ਜਾ ਰਿਹਾ ਜਲਦੀ ਹੀ ਇਹਦੇ ਵਿੱਚ ਜਿਹੜੀਆਂ ਹੋਰ ਜਿਹੜੀ ਰਿਕਵਰੀ ਹੋਣ ਦੀ ਆਸ ਹੈ ਕਮਿਸ਼ਨਰੇਟ ਵਿੱਚ ਜਿਹੜਾ ਸਪੈਸ਼ਲ ਆਪਰੇਸ਼ਨ ਗਰੁੱਪ ਹੈ ਉਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਸਕਸੈਸਫੁਲੀ ਇੱਕ ਆਪਰੇਸ਼ਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਵਿਮਲ ਕੁਮਾਰ ਏਲੀਅਸ ਸੋਨੀ ਜਿਹੜਾ ਗੁਰਦੇਵ ਨਗਰ ਦਾ ਰਹਿਣ ਵਾਲਾ ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਐਕਟਿਵਾ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕੋਲ 4500 ਜਿਹੜੀ ਟਰਾਮਾਡੋਲ ਦੀ ਜਿਹੜੀ ਗੋਲੀ ਉਹ ਰਿਕਵਰ ਕੀਤੀ ਉਸ 'ਤੇ ਜਿਹੜਾ FIR ਜਿਹੜਾ ਲੌਂਚ ਕਰਕੇ ਜਿਹੜਾ ਅਤੇ ਹੁਣ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿਹੜਾ ਬੈਕਵਰਡ ਅਤੇ ਜਿਹੜਾ ਫਾਰਵਰਡ ਲਿੰਕੇਜ ਹੈ ਉੱਤੇ ਵਰਕਆਊਟ ਕੀਤਾ ਜਾ ਰਿਹਾ ਜਲਦੀ ਹੀ ਇਹਦੇ ਵਿੱਚ ਜਿਹੜੀਆਂ ਹੋਰ ਜਿਹੜੀ ਰਿਕਵਰੀ ਹੋਣ ਦੀ ਆਸ ਹੈ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।